ਅੱਜ ਪਿੰਡ ਪੰਮੇ ਕਲਾਂ ਬਾਬਾ ਰੜੀ ਸਾਹਿਬ ਵਾਲੀ ਦੀ ਸਮਾਧੀ ਤੇ ਪੀਪਲ ਬਲੱਡ ਸੇਵਾ ਆਰਗੇਨਾਈਜੇਸ਼ਨ ਅਤੇ ਪੰਮੇ ਕਲਾਂ ਦੇ ਨੌਜਵਾਨ ਵੱਲੋਂ ਸਰਗਵਾਸੀ ਬੇਟੀ ਸੁਖਮਨ ਅਤੇ ਸੁਖੀ ਹਮਦਨਪੁਰ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ ਪੀਪਲ ਬਲੱਡ ਸੇਵਾ ਆਰਗੇਨਾਈਜੇਸ਼ਨ ਤੋਂ ਬਾਬੀ ਚਾਹਲ, ਪ੍ਰਧਾਨ ਸੰਦੀਪ ਮਾਨਸਾ, ਨੀਟੂ ਸਕਸੇਨਾ, ਸੰਨੀ ਮਾਨ, ਡਾਕਟਰ ਹਰਦੇਵ ਕੋਰੋਵਾਲਾ, ਬੂਟਾ ਪੰਮਾ, ਗੁਰੂ ਪਿਆਰਾ ਪੰਮਾ, ਸੁਖਚੈਨ ਪੰਮਾ, ਗੁਰਲਾਲ ਪੰਮਾ ਅਤੇ ਹੋਰ ਪ੍ਰਤਵੰਤੇ ਸੱਜਣ ਹਾਜ਼ਰ ਸਨ। ਸੰਨੀ ਮਾਨ ਦੀ ਰਿਪੋਰਟ। ਸਭ ਤੋਂ ਪਹਿਲਾਂ ਮੈਨੂੰ ਦੇਖ ਰਹੇ ਇਸ ਚੈਨਲ ਦੇ ਥਰੂ ਸਾਰੀਆਂ ਸੰਗਤਾਂ ਨੂੰ ਇੱਥੇ ਪਹੁੰਚੇ ਸਾਰੇ ਪਦਵੰਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਖੜੇ ਹਾਂ ਪਿੰਡ ਭੰਮਿਆਂ ਦੇ ਵਿੱਚ, ਇੱਥੇ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਸਵਰਗਵਾਸੀ ਸੁਖਮਨ ਅਤੇ ਸੁੱਖੀ ਅਹਿਮਦਪੁਰ ਦੀ ਯਾਦ ਦੇ ਵਿੱਚ ਲਵਾਇਆ ਗਿਆ। ਬਹੁਤ ਹੀ ਵਧੀਆ ਉਪਰਾਲਾ ਇਹ ਨੌਜਵਾਨਾਂ ਨੇ ਕੀਤਾ ਅਤੇ ਮੈਂ ਇਹਨਾਂ ਦੀ ਸ਼ਲਾਘਾ ਕਰਦਾ ਅਤੇ ਮੈਂ ਉਮੀਦ ਕਰਦਾ ਕਿ ਅੱਗੇ ਤੋਂ ਵੀ ਆਪਣੇ ਖੇੜੇ ਦੇ ਵਿੱਚ ਅਜਿਹੇ ਸਮਾਜ ਸੇਵਾ ਦੇ ਕੰਮ ਕਰਵਾਉਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਪੀਪਲ ਜੀ ਬਲੱਡ ਸੇਵਾ ਮਾਨਸਾ ਤੋਂ ਸੰਦੀਪ ਪਾਲ ਸਿੰਘ ਜੀ, ਅਤੇ ਅਸੀਂ ਅੱਜ ਪਿੰਡ ਭੰਮੇ ਕਲਾਂ ਇੱਕ 30 ਮਹੀਨਿਆਂ ਦੀ ਬੱਚੀ ਦੀ ਯਾਦ ਵਿੱਚ, ਜਿਸਦਾ ਨਾਮ ਸੁਖਮਨ ਸੀ ਅਤੇ ਆਪਣੇ ਵੀਰ ਸੁੱਖੀ ਅਹਿਮਦਪੁਰ ਦੀ ਯਾਦ ਵਿੱਚ ਇੱਕ ਬਲੱਡ ਕੈਂਪ ਲਾਇਆ, ਜਿਸ ਵਿੱਚ ਅਸੀਂ ਤਕਰੀਬਨ 50+